ਲਓ ਜਨਾਬ ਭੁਲੇਖਾ ਟੀਵੀ ਦੇ ਉੱਤੇ ਮੈਂ ਅਸਗਰ ਅਲੀ ਚਿਸ਼ਤੀ ਤੇ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਲਾਹੌਰ ਦੇ ਮਾਲ ਰੋਡ ਦੇ ਉੱਤੇ ਤੇ ਮਾਲ ਰੋਡ ਤੇ ਅਸੀਂ ਇਹ ਪਤਾ ਕਰਨ ਵਾਸਤੇ ਆਏ ਆ ਕਿ ਜਦੋਂ ਪੰਜਾਬ ਅਸੈਂਬਲੀ ਦੇ ਸਾਹਮਣੇ ਇਤਜਾਜ ਹੁੰਦਾ ਹੈ, ਧਰਨਾ ਹੁੰਦਾ ਹੈ, ਉਦੋਂ ਇੱਥੇ ਟ੍ਰੈਫਿਕ ਦਾ ਬਹਾਓ ਜਿਹੜਾ ਉਹ ਕਿੰਨੀ ਮੁਸ਼ਕਲਾਂ ਦਾ ਸ਼ਿਕਾਰ ਹੁੰਦਾ ਹੈ, ਔਰ ਇੱਥੇ ਜਿਹੜੇ ਤਾਜਰ ਬਰਾਦਰੀ ਮੌਜੂਦ ਹੈ ਉਸ ਤਾਜਰ ਬਰਾਦਰੀ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਵਾਸਤੇ ਕੀ ਪ੍ਰੋਬਲਮ ਇੱਥੇ ਪੈਦਾ ਹੋ ਜਾਂਦੀ ਹੈ। ਆਏ ਦਿਨ ਇਹਤਜਾਜ ਹੁੰਦਾ ਮਾਲ ਰੋਡ ਦੇ ਉੱਤੇ, ਤੇ ਜਦੋਂ ਵੀ ਇਹਤਜਾਜ ਹੁੰਦਾ ਟ੍ਰੈਫਿਕ ਵੀ ਜਾਮ ਹੁੰਦੀ ਹੈ, ਟ੍ਰੈਫਿਕ ਵੀ ਬਲਾਕ ਹੁੰਦੀ ਹੈ, ਡਾਈਵਰਜਨ ਲਾਉਣੀ ਪੈਂਦੀ ਹੈ ਸਾਡੇ ਵਾਰਡਨ ਹਜ਼ਰਾਤ ਨੂੰ। متاثر ہو جاتا ہے سارا کاروبار، یقین مانو آئے دن اتنے احتجاج رہتے ہیں تے کسٹمر جتھے 100% لوگ ہے گا سی اس مارکیٹ چ ہن صرف 10% رہ گیا جے، تے انے کاروبار دے حالات ڈاؤن ہو چکے نے کہ ہن جڑے اسی ایک دن چ جو اسی مزدور آدمی ہے گیا 150 لے کے جانے ہیں، ہن بہت ہی ہو گئے ہن مناسب پیسے ملدے نے، لہذا نئے گزارش ہے کہ حکومت نال کے جنے ہو سکے جنہ ہو سکے ساڈے نال کمپرومائز کرتے تے احتجاج کٹ کرتے جان۔ ساڈے نال اس ٹائم موجود نے نا کی اپنا جناب محمد خان۔ محمد خان صاحب جی، محمد خان صاحب یہ دسو کہ تسی کی کر رہے ہو؟ میں تے شاپنگ کرنے لے آیا۔ شاپنگ کرنے جی؟ اچھا، شاپنگ کرنے لے آندے ہو، جدوں اکثر تے تے احتجاج ہوندا ہے، روڈ بند ہوندا ہے، رستے بند ہوندے نے، اودوں پھر کی کرتے ہو؟ آج دی گل سن لو، اسی تقریبا مرید کے تو آ رہے ہیں تے تین جگہ تو اسی پیدل چل کے ایتھے تک پہنچے ہاں۔ اچھا، تے ویسے ٹریفک جام، روڈ بلاک، احتجاج کی ہو رہا، کچھ بھی نہیں ہے، کوئی 200-400 بندہ کھلوتا ہے، روڈ دی وجہ نال بند کیتا ہویا ہے۔ 2-4 بندہ آگے روڈ بند کر دیتا ہے، جنرل کونسلر ایز اے جنرل کونسلر ڈیوٹی کر رہے ہیں اپنی۔ لو جناب، یہ نوید انور صاحب اتھوں دے جنرل کونسلر نے، تے اسی انہاں کولوں پوچھنے ہیں، انہاں تو ود کون جاندا ہوئے گا کہ ایتھے کی ہوندا ہے جدوں احتجاج ہوندا ہے؟ جڑے لوگ ایتھے احتجاج کرن آندے نے انہوں کا مقصد یہ ہوتا ہے کہ مال روڈ اگر بند کرتا جائے تو سارا احتجاج کامیاب ہے، اگر مال روڈ اسی بند نہیں کر سکے تو سارا احتجاج جڑا ناکام ہو جاتا ہے۔ یہ سارے لوگوں کی سوچ، فطرتی سوچ جڑی ہے ساری، اسی کیونکہ تعلیم تو ہے نہیں سارے کول، اسی من حیصل قوم ساری جڑی ہے ایجوکیشن لیول بہت لو ہے، تو اس وجہ سے اسی لوگوں تنگ کر کے تو اسی یہ سمجھنے ہیں کہ شاید سارا احتجاج کامیاب ہو گیا۔ لو جناب، اسی مال روڈ دی ایک مارکیٹ دے وچ موجود ہاں، ایتھے اسی دکانداراں کولوں پوچھنے ہاں، جدوں ایتھے احتجاج ہوندا ہے تے انہاں نوں کیڑا مسئلہ جڑا فیس کرنا پیندا، سب توں زیادہ پرابلم کی ہوندی ہے؟ پوچھنے ہاں جناب دکاندار ساڈے نال موجود نے، نا کی اپنا جناب؟ السلام علیکم بابر۔ بابر صاحب، بابر صاحب اے دسو کہ جدوں ایتھے احتجاج ہوندا ہے تے اودوں دکاناں وی بند کراتیاں جاندیاں؟ دکاناں اوپن ہی ہوندیاں مگر بند کرن تو بری ہو جاندی ہے، کاروبار ٹکے دا نہیں، سمجھ لو کہ مال روڈ ایک مشہور طریقے ہے، مگر ਜਦੋਂ ਧਰਨੇ ਵਗੈਰਾ ਹੁੰਦੇ ਨੇ ਤੇ ਬਲਾਲਗੰਜ ਨੂੰ ਬੁਰਾ ਹੋ ਜਾਂਦਾ। ਅੱਛਾ, ਬਿਲਕੁਲ ਕਾਰੋਬਾਰ ਟਕੇਦਾ ਨਹੀਂ ਜਿਸ ਤਰ੍ਹਾਂ ਸੁਭਾਈ ਦਾ ਰਾਤੀ ਅਸੀਂ ਤਰ੍ਹਾਂ ਬੈਠ ਕੇ ਚੱਲੇ। ਤੇ ਮਹੀਨੇ ਦੇ ਵਿੱਚ ਕਿੰਨੇ ਕੁ ਦਿਨ ਇਸ ਤਰ੍ਹਾਂ ਦੀ ਸੂਰਤ ਹਾਲ ਦਾ ਸਾਹਮਣਾ ਕਰਦਾ? ਤੁਹਾਡੇ ਸਾਹਮਣੇ ਪਿੱਛੇ ਕਿਸ ਤਰ੍ਹਾਂ ਗਿਆ ਨਾ, ਪੂਰਾ ਹਫ਼ਤਾ ਇਹੋ ਹੀ ਸਾਡਾ ਹਫ਼ਤਾ ਕਾਰੋਬਾਰੀ ਸੀ, ਸ਼ਾਦੀਆਂ ਵਗੈਰਾ ਦਾ ਸੀਜ਼ਨ ਸੀ, ਈਸਟਰ ਵਗੈਰਾ ਸੀ ਇਹਨਾਂ ਦਾ, ਉਹਦੇ ਨਾਲ ਸਾਡਾ ਮਾਸ਼ਾਅੱਲਾ ਬੜਾ ਅੱਛਾ ਕਾਰੋਬਾਰ ਕੰਮ ਹੁੰਦਾ ਹੈ ਜਿਹਦੇ ਨਾਲ ਬਿਲਕੁਲ ਡਗੇ ਦਾ ਕਾਰੋਬਾਰ। ਲੋ ਜਨਾਬ, ਅਸੀਂ ਮਾਲ ਰੋਡ ਦੀ ਮਾਰਕੀਟ 'ਚ ਮੌਜੂਦ ਹਾਂ ਤੇ ਇੱਥੇ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ, ਨਾ ਕੀ ਆਪਣਾ? ਮੇਰਾ ਨਾਮ ਮਲਿਕ ਫਾਰੂਕ ਹੈ ਜੀ। ਅੱਛਾ ਮਲਿਕ ਸਾਹਿਬ, ਇਹ ਦੱਸੋ ਕਿ ਇੱਥੇ ਜਦੋਂ ਆਏ ਦਿਨ ਇਹਤਜਾਜ ਹੁੰਦਾ ਹੈ ਤੇ ਤੁਹਾਡੇ ਕਾਰੋਬਾਰ ਦੇ ਉੱਤੇ ਉਹਦਾ ਕਿੰਨਾ ਅਸਰ ਪੈਂਦਾ? ਸਰ, ਉਹਦਾ ਬੇਹੱਦ ਅਸਰ ਪੈਂਦਾ ਹੈ, ਅਸੀਂ ਇਸ ਕਦਰ ਮੁਤਾਸਰ ਹੈਗੇ ਹਾਂ ਇਸ ਕਾਰ, ਅਸੀਂ ਯਕੀਨ ਜਾਣੋ ਕਿ ਅਸੀਂ ਤੇ ਹੁਣ ਆਪ ਚਾਹੁੰਦੇ ਅਸੀਂ ਇਹਤਜਾਜ ਕਰੀਏ ਬਾਹਰ ਜਾ ਕੇ, ਕਿ ਲੋਕ ਬਾਹਰੋਂ ਆ ਕੇ ਦੂਸਰੇ ਸ਼ਹਿਰਾਂ 'ਚ ਆ ਕੇ ਇੱਥੇ ਇਹਤਜਾਜ ਕਰਕੇ ਆਪਣੇ ਮੁਤਾਲਬੇ ਮਨਵਾ ਰਹੇ ਨੇ, ਔਰ ਅਸੀਂ ਇੱਥੇ ਬਹਿ ਕੇ ਹੈ, ਅਸੀਂ ਦੇਖ ਯਾਨੀ ਬੁਜ਼ਦਿਲ ਹੋ ਚੁੱਕੇ ਹਾਂ ਕਿ ਅਸੀਂ ਇੱਥੇ ਬਹਿ ਕੇ ਆਪਣਾ ਮੁਤਾਲਬਾ ਨਹੀਂ ਬਣਵਾ ਸਕਦੇ ਹੈ, ਔਰ ਅਸੀਂ ਸਫ਼ਰ ਕਰ ਰਹੇ ਹਾਂ, ਸਾਡੇ ਚੁੱਲ੍ਹੇ ਠੰਡੇ ਹੋ ਰਹੇ ਨੇ, ਅਸੀਂ ਕੀ ਕਰੀਏ, ਅਸੀਂ ਕਿੱਥੇ ਜਾਈਏ, ਕਿਹਨੂੰ ਇਹਤਜਾਜ ਕਰੀਏ? ਹੈ, ਮਾਲ ਰੋਡ ਦਾ ਤਾਂ ਬੇੜਾ ਗਰਾ ਕਰਤਾ ਹੈ, ਹੁਣ ਅਸੀਂ ਕਿਸੇ ਪਾਸੇ ਹੋਰ ਜਾਣ ਜੋਗੇ ਵੀ ਨਹੀਂ, ਅਸੀਂ ਸਾਰਾ ਸਰਮਾਇਆ ਜੋ ਸਾਡੀ ਜਮ੍ਹਾਂ ਪੁੱਜੀ ਸੀ ਇੱਥੇ ਲਾ ਕੇ ਬੈਠੇ ਹਾਂ, ਅਸੀਂ ਦਿਨ ਰਾਤ ਸਫ਼ਰ ਕਰ ਰਹੇ ਹਾਂ, ਔਰ ਅਸੀਂ ਰੋਜ਼ ਇਹੀ ਡਿਸਕਸ ਕਰਦੇ ਹਾਂ ਆਪਸ ਹੀ ਬਹਿ ਕੇ, ਯਾਰ ਦੋਸਤ ਯਾਰ ਕੀ ਕਰੀਏ ਕੀ ਕਰੀਏ, ਬਸ ਸਵੇਰੇ ਗੱਲਾਂ ਕਰਦੇ ਹਾਂ, ਰਾਤੀ ਘਰ ਚਲੇ ਜਾਂਦੇ ਹਾਂ, ਅਤੇ ਅਸੀਂ ਸਫ਼ਰ ਕਰ ਰਹੇ ਹਾਂ, ਬਰਾਏ ਮਿਹਰਬਾਨੀ ਗੌਰਮੈਂਟ ਇੱਥੇ ਜਾਏ ਕਿ ਸਾਡੇ ਬਾਰੇ ਕੁਛ ਸੋਚੇ, ਉਹ ਸਾਡੇ ਮਾਮਲਾ ਤੋਂ ਖਤਮ ਕਰੇ, ਅਸੀਂ ਇੱਥੇ ਬੈਠੇ ਕਿਰਾਇਆ ਵੀ ਦੇਣਾ ਸੀ, ਮੁਲਾਜ਼ਮਾਂ ਦੀ ਤਨਖਾਹ ਵੀ ਦੇਣੀ, ਬਿਜਲੀ ਦੇ ਬਿੱਲ ਵੀ ਦੇਣੇ, ਅਸੀਂ ਕਿੱਥੋਂ ਕਰਾਂਗੇ? ਜਿਸ ਟਾਈਮ ਕਸਟਮਰ ਨਹੀਂ ਸਾਰਾ ਕੁਛ ਹੈਗਾ, ਕਸਟਮਰ ਨਹੀਂ ਹੈਗਾ ਤਾਂ ਅਸੀਂ ਕਿਸ ਤਰ੍ਹਾਂ ਕਰਾਂਗੇ? ਲੋ ਜਨਾਬ, ਇਹ ਸਾਰੇ ਅਖਰਾਜਾਤ ਜਿਹੜੇ ਨੇ ਕਸਟਮਰ ਨਾ ਆਏਗਾ ਤਾਂ ਕਿੱਥੋਂ ਪੂਰੇ ਹੋਣਗੇ? ਇਸ ਗੱਲ ਦਾ ਵੀ ਕੋਈ ਜਵਾਬ ਦੇਵੇ, ਇਹ ਤਾਂ ਜਾਜੀ ਜਵਾਬ ਦੇਣ ਜਾਂ ਹਕੂਮਤ ਜਵਾਬ ਦੇਵੇ, ਅਤੇ ਹੁਣ
ਸਾਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਦਿਓ ਅਤੇ ਅਸੀਂ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਕਿਸੇ ਹੋਰ ਮਸਲੇ ਦੇ ਉੱਤੇ ਅਤੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਉਹ ਰਾਏ ਜਿਹੜੀ ਉਹਨਾਂ ਲੋਕਾਂ ਦੀ ਹੋਏਗੀ ਔਰ ਐਸੇ ਸੋਸ਼ਲ ਮਸਾਇਲ ਜਿਹੜੇ ਅਸੀਂ ਭੁਲੇਖਾ ਟੀਵੀ ਦੇ ਪਲੇਟਫਾਰਮ ਤੋਂ ਚੁੱਕ ਕਰਾਂਗੇ ਤਦ ਤੱਕ ਰੱਬ ਰਾਖੇ।